ਲਓ ਜੀ, ਤੁਹਾਨੂੰ ਲੈ ਕੇ ਆਏ ਹਾਂ ਪੰਜਾਬੀ ਫਿਲਮ ਪੰਜ ਖਾਬ ਦੇ ਔਨ ਲੋਕੇਸ਼ਨ ਸ਼ੂਟ 'ਤੇ। ਅਤੇ ਜਿਹੜਾ ਇੱਥੇ ਮਾਹੌਲ ਹੈ ਉਹ ਬਿਲਕੁਲ ਪੇਂਡੂ ਮਾਹੌਲ ਹੈ, ਅਤੇ ਜਿਹੜਾ ਫਿਲਮ ਦਾ ਬੈਕਡਰੋਪ ਹੈ ਉਹ ਵੀ ਕੁਛ ਇਸ ਤਰ੍ਹਾਂ ਦਾ। ਮਗਰ ਅਸੀਂ ਹੁਣ ਤੁਹਾਨੂੰ ਮਿਲਵਾਉਣ ਲੱਗੇ ਹਾਂ ਇਸ ਫਿਲਮ ਦੇ ਲੀਡ ਐਕਟਰੈਸ ਮੋਨਿਕਾ ਗਿੱਲ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਦੱਸੋ? ਬਹੁਤ ਵਧੀਆ। ਸਭ ਤੋਂ ਪਹਿਲਾਂ ਕੰਪਲੀਮੈਂਟ ਇਹ ਦੇਣਾ ਚਾਹੁੰਦਾ ਕਿ ਸੂਟ 'ਚ ਤੁਸੀਂ ਟ੍ਰੈਡੀਸ਼ਨਲ ਡਰੈਸ 'ਚ ਬਹੁਤ ਸੋਹਣੇ ਲੱਗਦੇ ਪਏ ਹੋ। ਥੈਂਕ ਯੂ ਜੀ। ਅਤੇ ਇਹ ਮੇਰੇ ਖਿਆਲ ਪਹਿਲੀ ਫਿਲਮ ਹੈ ਜਿਸ 'ਚ ਯੂ ਵਿਲ ਬੀ ਲੁਕਿੰਗ ਸੋ ਟ੍ਰੈਡੀਸ਼ਨਲ। ਯੈਸ, ਐਕਚੁਲੀ ਪਹਿਲਾਂ ਆਈ ਥਿੰਕ ਗਾਣਿਆਂ ਵਗੈਰਾ 'ਚ ਮੈਂ ਸੂਟ ਪਾਇਆ, ਪਰ ਇੱਕ ਇਹ ਪਹਿਲੀ ਫਿਲਮ ਇਹੋ ਜਿਹੀ ਹੋਗੀ ਜੇ ਕੈਰੈਕਟਰ ਹੀ ਸੂਟ ਪਾਉਂਦਾ ਆ। ਰਾਈਟ, ਲਾਈਕ ਉਹ ਇਟਸ ਅ ਪਾਰਟ ਆਫ ਦ ਕੈਰੈਕਟਰਿਸਟਿਕ ਔਰ ਦ ਟ੍ਰੇਟਸ ਆਫ ਦੈਟ ਕੈਰੈਕਟਰ। ਰਾਈਟ। ਅਤੇ ਪੰਜ ਖਾਬ, ਇਹ ਜਿੱਥੇ ਤੱਕ ਮੈਂ ਸੁਣਿਆ ਇਹ ਜਿਹੜੀ ਫਿਲਮ ਹੈ ਵਿਮੈਨ ਸੈਂਟ੍ਰਿਕ ਫਿਲਮ ਹੈ, ਔਰਤਾਂ ਪ੍ਰਧਾਨ ਜਿਹੜੇ ਸਬਜੈਕਟ ਹੁੰਦੇ ਪੰਜਾਬੀ ਫਿਲਮਾਂ 'ਚ ਘੱਟ ਬਣਦੇ ਆ, ਮਗਰ ਹੁਣ ਜਿਸ ਦਾ ਪੰਜਾਬੀ ਸਿਨੇਮਾ ਗਰੋ ਕਰ ਰਿਹਾ ਅਤੇ ਨਵੇਂ ਸਬਜੈਕਟਸ ਆ ਰਹੇ ਨੇ, ਅਤੇ ਵਿਮੈਨ ਸੈਂਟ੍ਰਿਕ ਫਿਲਮ ਦਾ ਤੁਸੀਂ ਹਿੱਸਾ ਬਣਿਆ, ਅਤੇ ਹਾਊ ਇਜ਼ ਦ ਐਕਸਪੀਰੀਅੰਸ? ਆਈ ਫੀਲ ਵੈਰੀ ਵੈਰੀ ਗ੍ਰੇਟਫੁਲ, ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਹ ਫਿਲਮ ਮਿਲੀ। ਆਈ ਥਿੰਕ ਇਹ ਬਹੁਤ ਵੱਡੀ ਗੱਲ ਆ ਕਿ ਕੁੜੀ ਅਤੇ ਪ੍ਰੋਡਿਊਸਰ ਪੈਸੇ ਲਾਉਂਦੇ ਆ, ਇਹ ਪੰਜਾਬੀ ਫਿਲਮ ਪੰਜਾਬੀ ਇੰਡਸਟਰੀ 'ਚ ਹੁੰਦਾ ਨਹੀਂ ਗਾ। ਐਂਡ ਆਈ ਥਿੰਕ ਇਹ ਪੰਜਾਬੀ ਸਿਨੇਮੇ ਦੇ ਗਰੋਥ ਲਈ ਬਹੁਤ ਇੰਪੋਰਟੈਂਟ ਆ ਵੀ ਇਹ ਫਿਲਮ ਚੱਲੇ, ਕਿਉਂ ਫਿਰ ਇਸ ਕਰਕੇ ਅੱਗੇ ਜਾ ਕੇ ਹੋਰ ਪੰਜਾਬੀ ਫੀਮੇਲ ਲੀਡਿੰਗ ਲੇਡੀਜ਼ ਨੂੰ ਵੀ ਆਰਥਰ ਬੈਕ ਰੋਲਸ ਮਿਲੂਗੇ। ਆਮ ਤੌਰ 'ਤੇ ਤੁਸੀਂ ਦੇਖਿਆ ਹੋਣਾ, ਮੇਰੀਆਂ ਫਿਲਮਾਂ 'ਚੋਂ ਹੀ ਦੇਖਿਆ ਹੋਣਾ ਕਿ ਜਿਹੜੇ ਫੀਮੇਲ ਜਾਂ ਫੀਮੇਲ ਲੀਡਿੰਗ ਲੇਡੀਜ਼ ਦੇ ਕੈਰੈਕਟਰਸ ਹੁੰਦੇ ਆ ਉਹ ਫੁੱਲੀ ਡਿਵੈਲਪਡ ਨਹੀਂ ਹੁੰਦੇ, ਵਿਚ ਇਜ਼ ਆਈ ਮੀਨ ਇਟਸ ਨਥਿੰਗ ਰੋਂਗ ਵਿਦ ਇਟ ਐਜ਼ ਲੌਂਗ ਐਜ਼ ਦ ਸਟੋਰੀ ਇਜ਼ ਗੁੱਡ। ਆਈ ਫਰਮਲੀ ਬਿਲੀਵ ਦ ਸਟੋਰੀ ਇੱਕ ਫਿਲਮ ਨੂੰ ਬਣਾਉਂਦੀ ਆ, ਬਟ ਇੱਕ ਫੀਮੇਲ ਸੈਂਟ੍ਰਿਕ ਫਿਲਮ ਕਰਨ ਦਾ ਮਜ਼ਾ ਹੀ ਕੁਛ ਹੋ ਰਿਹਾ, ਕਿਉਂਕਿ ਯੂ ਗੈਟ ਟੂ ਡੈਲਵ ਇਨ ਟੂ ਦ ਕੈਰੈਕਟਰ। ਪਹਿਲੀ ਵਾਰ ਆਈ ਐਮ ਡੂਇੰਗ ਯੂ ਨੋ ਡੀਪ ਰੀਸਰਚ ਇਨ ਟੂ ਕੈਰੈਕਟਰ, ਗੈਟਿੰਗ ਇਨਵੋਲਵਡ ਇਨ ਦ ਸਕ੍ਰਿਪਟ, ਫਿਗਰਿੰਗ ਆਊਟ ਵੀ ਅੱਛਾ ਇਹ ਕੈਰੈਕਟਰ ਇੱਦਾਂ ਕਿਉਂ ਬੋਲਦੀ ਹੈ, ਵੀ ਉਹਦੇ ਪਿੱਛੇ ਕੀ ਹੋਇਆ, ਵੀ ਯੂ ਨੋ ਉਹ ਇੱਦਾਂ ਕਰ ਰਹੀ ਹੈ ਜਾਂ ਆਹ ਕੱਪੜੇ ਪਾ ਰਹੀ ਆ, ਜਾਂ ਕਿਸ ਨੇ ਇਹ ਵਰਤਾਵ ਕਰ ਰਹੀ, ਕਿਉਂ ਕਰ ਰਹੀ ਆ, ਵੀ ਉਸ ਜ਼ਿੰਦਗੀ 'ਚ ਕੀ ਹੋਇਆ। ਸੋ ਇਹ ਚੀਜ਼ ਨਾ ਮੈਨੂੰ ਪਹਿਲਾਂ ਕਦੇ ਨਹੀਂ ਸੀ ਦੇਖਿਆ। ਇਟਸ ਅ ਬਿਊਟੀਫੁਲ ਥਿੰਗ। ਅੱਛਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜਾ ਤੁਹਾਡਾ ਕੈਰੈਕਟਰ ਹੈ ਉਹ ਬਹੁਤ ਪਰਫੋਰਮੈਂਸ ਓਰੀਐਂਟਡ ਕੈਰੈਕਟਰ ਹੈ, ਜਿਸ 'ਚ ਤੁਹਾਨੂੰ ਆਪਣੇ ਐਕਟਿੰਗ ਨੂੰ ਐਕਸਪਲੋਰ ਕਰਨ ਦਾ ਜਿਹੜਾ ਮੌਕਾ ਮਿਲ ਰਿਹਾ, ਅਤੇ ਤੁਹਾਨੂੰ ਲੱਗਦਾ ਕਿ ਪਿੱਛੇ ਜਿਹੜੀ ਤੁਸੀਂ ਫਿਲਮਾਂ 'ਚ ਕੰਮ ਕੀਤੀਆਂ ਉਸ 'ਚ ਤੁਹਾਨੂੰ ਇੰਨਾ ਐਕਸਪਲੋਰ ਨਹੀਂ ਕੀਤਾ ਗਿਆ ਐਜ਼ ਐਨ ਐਕਟਰ? ਨੋ, ਐਕਚੁਅਲੀ ਆਈ ਡੋਂਟ ਥਿੰਕ ਦੈਟ। ਆਈ ਥਿੰਕ ਮੈਂ ਬਹੁਤ ਨਵੀਂ ਸੀਗੀ, ਐਂਡ ਆਈ ਥਿੰਕ ਐਂਡ ਆਈ ਵਾਜ਼ ਵੈਰੀ ਗ੍ਰੇਟ, ਮੇਰੇ ਨਾਲ ਬਹੁਤ ਚੰਗੀ ਗੱਲ ਹੋਈ ਕਿ ਮੈਨੂੰ ਬੰਦੇ ਚੰਗੇ ਟੱਕਰ ਗਏ, ਐਂਡ ਦ ਫਸਟ ਡਾਇਰੈਕਟਰ ਆਈ ਵਰਕ ਵਿਦ ਮਨਦੀਪ ਜੀ, ਹੀ ਵਰਕ ਵੈਰੀ ਵੈਰੀ ਹਾਰਡ ਵੀ ਮੈਂ ਕੈਮਰਾ ਫਰੈਂਡਲੀ ਹੋ ਜਾਵਾਂ। ਸੋ ਜਿਹੜਾ ਕੌਨਫੀਡੈਂਸ ਤੁਸੀਂ ਮੇਰੇ ਨੂੰ ਦੇਖਦੇ ਆ ਕੈਮਰੇ ਦੇ ਸਾਹਮਣੇ, ਦੈਟਸ ਥੈਂਕਸ ਟੂ ਮਨਦੀਪ ਜੀ ਐਂਡ ਅੰਸ਼ੁਲ ਜੀ। ਅੰਸ਼ੁਲ ਜੀ ਨੂੰ ਤੁਸੀਂ ਮਿਲੇ ਹੋਵੋਗੇ, ਐਂਡ ਦੈਨ ਆਈ ਥਿੰਕ ਰਾਜੀਵ ਢਿੰਗਰਾ ਜਿਨ੍ਹਾਂ ਨੇ ਨਾਲ ਮੈਂ ਫਰੰਗੀ ਕੀਤੀ, ਹੀ ਆਲਸੋ ਵਰਕਡ ਵੈਰੀ ਹਾਰਡ ਔਨ ਮੀ। ਐਂਡ ਨਾਓ ਗੁਰਚਰਨ ਭਾਅ ਜੀ, 17 ਈਅਰਸ ਆਫ ਥੀਏਟਰ ਐਕਸਪੀਰੀਅੰਸ, ਉਹਨਾਂ ਨੇ ਐੱਮ ਏ ਕੀਤੀ ਹੈ ਥੀਏਟਰ 'ਚੋਂ। ਸੋ ਜਦੋਂ ਤੁਹਾਨੂੰ ਬਹੁਤ ਚੰਗਾ ਡਾਇਰੈਕਟਰ ਮਿਲਦਾ ਨਾ, ਉਹ ਐਕਟਿੰਗ 'ਤੇ ਹਮੇਸ਼ਾ ਫੋਕਸ ਕਰਦੇ ਆ। ਬਹੁਤ ਘੱਟ ਇਹੋ ਜਿਹੇ ਡਾਇਰੈਕਟਰ ਹੋਊਗਾ ਜੇ ਚਾਂਸ ਲਊਗਾ ਵੀ ਚਲੋ ਇਹਨੂੰ ਇੱਦਾਂ ਕਰ। ਸੋ ਇਹ ਗੱਲ ਨਹੀਂ ਗੀ ਵੀ ਆਈ ਡਿਡਨਟ ਗੈਟ ਟੂ ਡੈਲਵ ਇਨਟੂ ਐਕਟਿੰਗ, ਇਹ ਆ ਕਿ ਰੋਲ ਵਿੱਚ ਮੀਟ ਕਿੰਨਾ ਆ। ਪੰਜਾਬੀ ਫਿਲਮ ਇੰਡਸਟਰੀ ਦੇ ਇੱਕ ਐਕਟਰੈਸ ਹੋਣ ਦੇ ਨਾਤੇ, ਵਾਟ ਇਜ਼ ਯੋਰ ਅੰਡਰਸਟੈਂਡਿੰਗ ਆਫ ਪੰਜਾਬੀ ਫਿਲਮ ਇੰਡਸਟਰੀ? ਆਈ ਥਿੰਕ ਪੰਜਾਬੀ ਫਿਲਮ ਫਰਟਰਨਿਟੀ ਇਜ਼ ਗਰੋਇੰਗ ਟ੍ਰਮੈਂਡਸਲੀ, ਐਂਡ ਇਹ ਫਿਲਮ ਉਸੀ ਚੀਜ਼ ਦਾ ਗਵਾਹ ਆ ਕਿ ਜੇ ਪ੍ਰੋਡਿਊਸਰਸ ਇੱਕ ਫੀਮੇਲ 'ਤੇ ਚਾਂਸ ਲੈ ਸਕਦੇ ਆ ਤਾਂ ਉਹ ਤਾਂ ਦੇ ਮਸਟ ਥਿੰਕ ਦ ਆਡੀਅੰਸ ਇਜ਼ ਰੈਡੀ ਫੋਰ ਇਟ, ਰਾਈਟ? ਆਈ ਥਿੰਕ ਦ ਗਰੋਥ ਆਫ ਪੰਜਾਬੀ ਸਿਨੇਮਾ ਉਹ 'ਤੇ ਉਸ ਚੀਜ਼ 'ਤੇ ਡਿਪੈਂਡ ਕਰਦਾ ਵੀ ਸਾਡੀ ਆਡੀਅੰਸ ਕੀ ਦੇਖਣਾ ਚਾਹੁੰਦੀ ਹੈ, ਨਾਟ ਜਸਟ ਇਨ ਪੰਜਾਬ ਬਟ ਵਰਲਡ ਵਾਈਡ ਐਜ਼ ਵੈਲ। ਜਿੰਨਾ ਕੁ ਸਾਡੀ ਆਡੀਅੰਸ ਇੱਕ ਫੀਮੇਲ ਲੀਡਿੰਗ ਲੇਡੀ ਨੂੰ ਐਕਸੈਪਟ ਕਰੂਗੀ ਜਾਂ ਕੁਛ ਵੱਖਰਾ ਸਬਜੈਕਟ ਐਕਸੈਪਟ ਕਰੂਗੀ ਜਾਂ ਯੂ ਨੋ ਡਿਮੈਂਡ ਕਰੂਗੀ, ਉਨਾ ਕੁ ਜ਼ਿਆਦਾ ਉਹ ਪ੍ਰੋਵਾਈਡ ਹੋਊਗਾ। ਸੋ ਦੈਟਸ ਵਾਈ ਆਈ ਸੇ ਵੀ ਇਹ ਪੰਜਾਬੀ ਗਰੋਥ ਲਈ ਇਹ ਫਿਲਮ ਚੱਲਣੀ ਬਹੁਤ ਜ਼ਰੂਰੀ ਆ, ਕਿਉਂਕਿ ਦੈਟ ਵਿਲ ਗਿਵ ਕੌਨਫੀਡੈਂਸ ਟੂ ਅਦਰ ਪ੍ਰੋਡਕਸ਼ਨ ਹਾਊਸਿਸ ਟੂ ਡੂ ਦ ਸੇਮ। ਸੋ ਆਈ ਥਿੰਕ ਬਟ ਦਿਸ ਇਜ਼ ਅ ਗੁੱਡ ਸਟੈਪ ਫੋਰਵਰਡ ਫੋਰ ਪੰਜਾਬੀ ਸਿਨੇਮਾ। ਅਤੇ ਹੁਣ ਹੋਰ ਦੋ ਫਿਲਮਾਂ ਨੇ, ਸਤਿ ਸ਼੍ਰੀ ਅਕਾਲ ਇੰਗਲੈਂਡ ਅਤੇ ਕਪਿਲ ਸ਼ਰਮਾ ਦੀ ਜਿਹੜੀ ਫਿਲਮ ਹੈ, ਅਤੇ ਕਿੰਨੀ ਕੁ ਐਕਸਾਈਟਮੈਂਟ ਹੈ, ਕਿੰਨੀ ਕੁ ਨਰਵਸਨੈਸ ਹੈ? ਯੈਸ, ਦਿਸ ਈਅਰ ਆਈ ਹੈਵ ਮਾਈ ਹਿੰਦੀ ਡੇਬਿਊ ਵਿਚ ਇਜ਼ ਫਰੰਗੀ ਵਿਦ ਕਪਿਲ ਸ਼ਰਮਾ ਐਂਡ ਸਤਿ ਸ਼੍ਰੀ ਅਕਾਲ ਇੰਗਲੈਂਡ ਵਿਦ ਏਮੀ। ਫਰੰਗੀ ਲਈ ਤਾਂ ਮੈਂ ਬੇਹੱਦ ਐਕਸਾਈਟਡ ਹਾਂ, ਕਿਉਂਕਿ ਇਟਸ ਓਨਲੀ ਮਾਈ ਸੈਕਿੰਡ ਈਅਰ ਇਨ ਦੀ ਇੰਡਸਟਰੀ ਅਤੇ ਆਲਰੇਡੀ ਇੱਕ ਹਿੰਦੀ ਫਿਲਮ ਆ ਰਹੀ ਆ, ਐਂਡ ਮੈਂ ਉਸ ਫਿਲਮ ਨੂੰ 1 ਸਾਲ ਦਿੱਤਾ ਪੂਰਾ। ਉਮੀਦ ਬਸ ਇੰਨੀ ਆ ਕਿ ਆਡੀਅੰਸ ਨੂੰ ਪਸੰਦ ਆਵੇ। ਆਈ ਥਿੰਕ ਇੱਕ ਵਾਰੀ ਤੁਹਾਨੂੰ ਆਡੀਅੰਸ ਪਿਆਰ ਕਰਨ ਲੱਗ ਜਾਏ ਨਾ, ਉਹਨਾਂ ਦੇ ਦਿਲ 'ਚ ਤੁਸੀਂ ਬਹਿ ਜਾਓ,
ਫਿਰ ਕੋਵਿਡ ਸਭ ਸਹੀ ਚੱਲਦਾ ਆਈ ਮੀਨ ਡਰ ਤਾਂ ਜੇ ਬਾਬਾ ਹੈਗਾ ਡਰ ਤਾਂ ਕਿਸੇ ਗੱਲ ਦਾ ਨਹੀਂ ਆਈ ਥਿੰਕ ਐਂਡ ਵਿੱਚ ਜੋ ਵੀ ਹੁੰਦਾ ਸਹੀ ਹੁੰਦਾ ਬਾਬਾ ਜੋ ਵੀ ਕਰਦਾ ਸਹੀ ਰੀਜ਼ਨ ਲਈ ਕਰਦਾ ਸੋ ਜੋ ਉਹਨਾਂ ਨੂੰ ਮਨਜ਼ੂਰ